ਹੈਲੋ ਜੀ, ਸਲਾਮ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਦੀ। ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ, ਤੇ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਬਹੁਤ ਸੋਹਣੀ ਹੋਣ ਵਾਲੀ ਆ ਤੇ ਬੜੀ ਜ਼ਰੂਰੀ ਵੀ ਸੀ। ਜੋ ਅੱਜ ਦਾ ਮਾਹੌਲ ਚੱਲ ਰਿਹਾ, ਅੱਜ ਦਾ ਟਾਈਮ ਚੱਲ ਰਿਹਾ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਈ ਆਰਟਿਸਟ ਇੱਦਾਂ ਦੇ ਨੇ ਜਿਹੜੇ ਦਰਬਾਰ ਬਾਰੇ ਮਾੜਾ ਬੋਲ ਰਹੇ ਨੇ, ਬਾਬਾ ਮੁਰਾਦ ਸ਼ਾਹ ਨੂੰ ਮਾੜਾ ਬੋਲ ਰਹੇ ਨੇ, ਸਾਡੀ ਲਾਡੀ ਸ਼ਾਹ ਸਰਕਾਰ ਨੂੰ ਮਾੜਾ ਬੋਲ ਰਹੇ ਨੇ, ਪਰ ਉਹਨਾਂ ਆਰਟਿਸਟਾਂ ਨੂੰ, ਸਾਡੇ ਜਿਹੜੇ ਬਾਬਾ ਯੋਗਰਾਜ ਸਿੰਘ ਜੀ ਨੇ, ਸਾਰੇ ਆਪਾਂ ਜਾਣਦੇ ਹਾਂ ਉਹਨਾਂ ਨੂੰ, ਰੋਬਦਾਰ ਐਂ ਘੈਂਟ, ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਨੇ ਕਿ ਯੋਗਰਾਜ ਜੀ ਦਾ ਜਿਹੜਾ ਮੇਲ ਸੀ ਸਾਈਂ ਲਾਡੀ ਸ਼ਾਹ ਸਰਕਾਰ ਦੇ ਨਾਲ ਕਿਵੇਂ ਹੋਇਆ, ਉਹਨਾਂ ਨਾਲ ਕੀ ਗੱਲਾਂ ਹੋਈਆਂ। ਸੋ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਉਹ ਵੀਡੀਓ ਜ਼ਰੂਰ ਦੇਖੋ ਕਿ ਉਹ ਕੀ ਕਹਿ ਰਹੇ ਨੇ। ਸਰ, ਤੁਸੀਂ ਨਕੋਦਰ ਕਿਵੇਂ ਜੁੜੇ ਜੀ ਜਾ ਕੇ ਸਾਈਂ ਜੀ ਦੇ ਨਾਲ? ਬੜੀ ਦੇਰ ਦੀ ਗੱਲ, ਸ਼ਾਇਦ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ। ਉਦੋਂ ਸਾਈਂ ਜੀ ਇੱਕ ਕੰਮ ਜ਼ਿਆਦਾ ਵੱਡਾ ਨਹੀਂ ਸੀ ਬਣਿਆ, ਅਤੇ ਮੈਂ ਇੱਦਾਂ ਜਲੰਧਰੋਂ ਆ ਰਿਹਾ ਸੀ, ਮੈਂ ਕਰਤਾਰ ਬੱਸ ਹੈਂਡਰੀ ਹੋਣੀ। ਕਦੋਂ ਦੀ ਗੱਲ ਹੋਈ ਜੀ? 40 ਸਾਲ ਪਹਿਲਾਂ। ਅਤੇ ਮੈਨੂੰ ਪਤਾ ਲੱਗਿਆ ਜੀ ਇੱਥੇ ਕੋਈ ਬਹੁਤ ਵੱਡਾ ਫਕੀਰ ਰਹਿੰਦਾ, ਅਤੇ ਮੈਨੂੰ ਬੜੀ ਆਦਤ ਹੈ, ਹਰੇਕ ਮੈਨੂੰ ਪਤਾ ਲੱਗਦਾ ਕਿਤੇ ਫਕੀਰ ਬੈਠਾ, ਕੋਈ ਬੈਠਾ, ਮੈਂ ਜਾਣਾ ਹੀ ਜਾਣਾ। ਮੈਂ ਤਾਂ ਪੀਲੇ ਅੱਜ ਕੋਈ ਭਗਵੇਂ ਕੱਪੜੇ ਵਾਲਾ ਕੋਈ ਵੀ ਮਿਲ ਜੇ, ਮੰਗਦਾ ਮਿਲ ਜੇ, ਉਹਨੂੰ ਜੱਫੀ ਪਾਲਣਾ ਸਰ। ਮੈਨੂੰ ਇਹ ਡਰ ਲੱਗਦਾ ਯਾਰ, ਰੱਬ ਤੁਹਾਡੇ 'ਚ ਵੀ ਹੋ ਸਕਦਾ ਜੀ, ਪਤਾ ਨਹੀਂ ਰੱਬ ਨੇ ਕਿਹੜੇ ਰੂਪ ਤੋਂ ਮਿਲ ਜਾਣਾ। ਜਦੋਂ ਦਰਬਾਰ ਰਹੇ ਸੀ ਕਰਤਾਰ ਬੱਸ ਤੋਂ ਬਾਈ ਹੈਂਡਰੀ ਹੋਣਾ ਨੂੰ ਮਿਲ ਕੇ, ਤਾਂ ਉਹਨੂੰ ਬੜਾ ਪਿਆਰ ਆ, ਅਤੇ ਮੈਨੂੰ ਹੈਂਡਰੀ ਭਾਅ ਜੀ ਕਹਿਣ ਲੱਗੇ ਯਾਰ ਚੱਲਿਆ ਯੋਗ ਪੁੱਤ, ਅਤੇ ਨਕੋਦਰ ਜਾਂਦਾ ਰਹਿ ਲਾਡੀ ਸ਼ਾਹ ਜੀ ਕੋਲ, ਉਹ ਜਾਂਦੇ ਸੀ। ਹੈਨਰੀ ਜੀ ਨੇ ਤੁਹਾਨੂੰ ਕਿਹਾ? ਹਾਂ ਹਾਂ, ਵੀ ਉਹ ਜਾਂਦੇ ਸੀ। ਮੈਂ ਕਿਹਾ ਚੰਗੇ ਜਾਂਦੇ ਨੇ, ਮੈਂ ਕਿਹਾ ਬਹੁਤ ਵੱਡੇ ਫਕੀਰ ਨੇ, ਮੈਂ ਕਿਹਾ ਠੀਕ ਹੈ ਜੀ, ਅਸੀਂ ਚਲੇ ਗਏ ਜੀ। ਜਦ ਮੈਂ ਅੰਦਰ ਗਿਆ ਤਾਂ 4 ਬੰਦੇ ਮੈਨੂੰ ਲੈਣ ਆਏ, ਕਹਿੰਦੇ ਤੁਹਾਨੂੰ ਸਾਈਂ ਜੀ ਉਡੀਕਦੇ। ਮੈਂ ਕਿਵੇਂ ਬਈ? ਕਹਿੰਦੀ ਸਾਨੂੰ ਉਹਨਾਂ ਨੇ ਕਿਹਾ ਅੰਦਰ ਵੀ ਯੋਗਰਾਜ ਆ ਰਿਹਾ ਹੈਨਰੀ ਦੇ ਕੋਲੋਂ, ਉਹਨੂੰ ਲੈ ਕੇ ਆਓ। ਚਲੋ, ਉਹ ਗੱਲ ਯਕੀਨ ਹੋਈ, ਮੈਂ ਅੰਦਰ ਗਿਆ। ਉਹਨਾਂ ਨੂੰ ਮਤਲਬ ਹੈਨਰੀ ਜੀ ਨੇ ਫੋਨ ਕੁਛ ਕਿਹਾ? ਕੁਛ ਨਹੀਂ ਕਿਹਾ, ਸੁਨੇਹਾ ਨਹੀਂ ਸੀ ਕੋਈ, ਕੁਛ ਨਹੀਂ। ਉਹਨਾਂ ਨੂੰ ਪਤਾ ਸੀ ਵੀ ਆ ਰਿਹਾ। ਔਰ ਮੈਂ ਉਹਨਾਂ 'ਚ ਉਹ ਚੀਜ਼ ਦੇਖੀ ਹੈ, ਅਸੀਂ ਗਏ ਤਾਂ ਉੱਥੇ ਇੱਕ ਬਾਂਦਰ ਹੁੰਦਾ ਸੀ ਉਹਨਾਂ ਕੋਲ ਸੀਗਾ। ਜੇ ਤੁਸੀਂ ਹੁਣ ਮੁੱਢ ਦੇਖੋਗੇ, ਉਹ ਜਿਹੜਾ ਜਿਹੜੀ ਨਿੰਮ ਹੈ ਉਹਦੇ ਨਾਲ ਬੰਨਿਆ ਹੁੰਦਾ ਸੀ, ਪੁਰਾਣੀਆਂ ਫੋਟੋਆਂ। ਹਾਂ, ਖੂਖਾਰ ਬਾਂਦਰ, ਅਤੇ ਉਹ ਜੀ ਮੈਨੂੰ ਦੇਖ ਕੇ ਕਰਕੇ ਉਹਨੇ ਕੀਤਾ, ਅਤੇ ਸਾਈਂ ਜੀ ਕਹਿੰਦੇ ਚੁੱਪ ਕਰਕੇ ਬਹਿ ਜਾ, ਸਾਡਾ ਪੁੱਤ ਆਇਆ। ਉਹ ਬਹਿ ਗਿਆ ਲਾਈਕ ਪਪੀ। ਮੈਂ ਫਕੀਰ ਹਾਂ ਤਾਂ ਮੱਥਾ ਟੇਕ ਕੇ ਬਹਿ ਕੇ ਸੂਟਾ ਚੱਲ ਰਿਹਾ, ਕੀ ਹਾਲ ਆ ਬੇਟਾ? ਮੈਂ ਕਿਹਾ ਠੀਕ ਹੈ। ਹੋਰ ਹੈਨਰੀ ਦਾ ਕੀ ਹਾਲ? ਮੈਂ ਕਿਹਾ ਠੀਕ ਹੈ ਜੀ, ਉੱਥੇ ਆਇਆ। ਕਹਿੰਦੇ ਅੱਛਾ, ਰੱਬ ਦੀਆਂ ਗੱਲਾਂ ਚੱਲ ਪਈਆਂ। ਬੈਠ ਕੇ ਮੈਨੂੰ ਲੱਗਿਆ ਯਾਰ ਮੈਂ ਵਾਹਵਾ ਚੰਗੀ ਰੂਹ ਦੇ ਕੋਲ ਬੈਠਾ, ਪਿਆਰੀ ਰੂਹ ਕੋਲ ਬੈਠਾ, ਵਾਈਬਸ ਆਈਆਂ। ਹਾਂ, ਅਤੇ ਗੱਲ ਹੁੰਦੀ ਰਹੀ, ਚਾਹ ਆ ਗਈ, ਬਿਸਕੁਟ ਆ ਗਏ, ਰੋਟੀ ਪ੍ਰਸ਼ਾਦੇ ਛਕੇ, ਅਤੇ ਪਿਆਰ ਪੈ ਗਿਆ। ਸ਼ਾਮ ਨੂੰ ਮੈਂ ਕਿਹਾ ਜੀ ਮੈਨੂੰ ਇਜਾਜ਼ਤ ਹੈ। ਕਹਿੰਦੇ ਫਕੀਰ ਫਕੀਰਾਂ ਦੇ ਘੱਟ ਆਉਂਦੇ ਹੁੰਦੇ, ਇਹ ਉਹਨਾਂ ਦੇ ਪਹਿਲੇ ਵਰਡ ਸੀ। ਮੈਨੂੰ 50 ਰੁਪਏ ਕੱਢ ਕੇ ਦਿੱਤੇ ਉਹਨਾਂ ਨੇ, ਅੱਜ ਤੱਕ ਮੇਰੇ ਕੋਲ ਪਏ ਆ। ਫਕੀਰ ਫਕੀਰਾਂ ਦੇ ਘੱਟ ਆਉਂਦੇ, 50 ਰੁਪਏ ਤੁਹਾਨੂੰ? 50 ਰੁਪਏ ਮੈਨੂੰ ਦੇ ਦਿੱਤੇ ਮੈਂ, ਔਰ ਅੱਜ ਤੱਕ ਤੁਸੀਂ ਸਾਂਭ ਕੇ ਰੱਖੇ ਮੇਰੇ ਕੋਲ ਪਏ ਆ, ਕਿਉਂਕਿ ਫਕੀਰਵਾਦ ਦੇ ਰੂਪ 'ਚ। ਹਾਂ, ਕੋਈ ਫਕੀਰ ਕੋਈ ਵੀ ਹੋਵੇ, ਮੇਰਾ ਇਸ਼ਕ ਹੈ ਉਹਦੇ ਨਾਲ, ਕੋਈ ਵੀ ਝੂਠਾ ਸੱਚਾ, ਉਹ ਮੇਰਾ ਕੰਮ ਨਹੀਂ, ਉਹ ਰੱਬ ਦਾ ਕੰਮ ਹੈ, ਲੇਕਿਨ ਦਿਲ 'ਚੋਂ ਆਵਾਜ਼ ਜ਼ਰੂਰ ਆਉਂਦੀ ਹੈ। ਉਹ ਅਸੀਂ ਘਰੇ ਆ ਗਏ, ਘਰੇ ਆ ਕੇ
ਫਿਰ ਤਾਂ ਅੰਗੂਠੀ ਵੀ ਚਲੀ। ਉਦੋਂ ਕੋਈ ਉਹਨਾਂ ਕੋਲ ਟਾਵਾਂ ਟਾਵਾਂ ਬੰਦਾ ਸੀ, ਮੈਨੂੰ ਇੰਨਾ ਯਾਦ ਹੈ ਵੀ ਕੋਈ ਮੰਤਰੀ ਆਇਆ ਹੋਇਆ ਸੀ ਉੱਥੇ, ਅੱਛਾ, ਜਿਹਨੂੰ ਬੜੀਆਂ ਗਾਲਾਂ ਪੈ ਰਹੀਆਂ ਸੀ। ਉਹ ਗਾਲਾਂ ਕੱਢਦੇ ਸੀ ਨਾ, ਤੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਉੜਾ ਧੁੱਕੀ ਦਿੰਦੇ ਸੀ, ਤੂੰ ਚੋਰ ਹੈ, ਤੂੰ ਠੱਗ ਹੈ, ਤੂੰ ਫਲਾਨਾ ਕਹਿ ਦਿੰਦੇ ਸੀ ਹਰੇਕ ਨੂੰ। ਹੁਣ ਜੀ ਉਹ ਪੈਰੀ ਪਏ ਜੀ, ਸਾਰਾ ਮੰਤਰੀ ਜੀ ਸਾਹਿਬ ਪੈਰੀ ਪਏ, ਮੈਂ CM ਵੀ ਆਉਂਦੇ ਦੇਖੇ ਉੱਥੇ, ਬੜੇ ਬੜੇ ਲੋਕ ਦੇਖੇ ਆਉਂਦੇ। ਚਾਰ ਪੰਜ ਵਾਰੀ ਮੈਂ ਗਿਆ ਅਤੇ ਇੱਕ ਦਿਨ ਮੈਨੂੰ ਕਹਿਣ ਲੱਗੇ ਹੁਣ ਮੈਨੂੰ ਪਤਾ ਵੀ ਆਪਣੀ ਮੁਲਾਕਾਤ ਨਹੀਂ ਹੋਣੀ। ਅੱਛਾ, ਮੈਂ ਕਿਹਾ ਸਾਈਂ ਜੀ ਮੈਂ ਤਾਂ ਨੰਗ ਦੇ ਟੱਪ ਦੇ ਰੋਟੀ ਖਾ ਕੇ ਜਾਣਾ, ਤੁਹਾਡੇ ਕੋਲ ਮਿਲ ਕੇ ਜਾਣਾ ਯਾਰਨਾ ਆਪਣਾ। ਕਹਿੰਦੇ ਨਹੀਂ ਮੈਨੂੰ ਹੁਣ ਆਪਣੀ ਮੁਲਾਕਾਤ ਨਹੀਂ ਹੋਣੀ। ਅਤੇ ਤੁਸੀਂ ਬਿਲੀਵ ਕਰਿਓ, ਉਸ ਤੋਂ ਬਾਅਦ ਮੇਰਾ ਪੈਰ ਹੀ ਨਕੁੱਦਰ ਗਿਆ ਅੱਜ ਤੱਕ। ਇੱਕ ਵਾਰੀ ਮੈਂ ਜਾ ਕੇ ਆਇਆ ਪਿੱਛੇ ਜੀ ਸਾਈਂ ਜੀ ਦਾ ਕਮਰਾ ਦੇਖਣ, ਮੈਂ ਇੱਕ ਦਿਨ ਪੁੱਛਿਆ ਮੈਂ ਸਾਈਂ ਜੀ ਆ ਬਾਂਦਰ ਤਾਂ ਕੀ ਰੌਲਾ। ਉਹਨੂੰ ਕਹਿੰਦੇ ਓਏ ਮਿੱਠੂ, ਉਹ ਜੀ ਉਹਨੇ ਚੱਕਾ ਆਪਣੀ ਟੰਗਾ ਚੱਕ ਲਈ, ਕਹਿੰਦੇ ਮੇਰਾ ਪੁਰਾਣਾ ਯਾਰ ਹੈ ਪਿਛਲੇ ਜਨਮ ਦਾ, ਮਾੜੇ ਕਰਮ ਸਾਈਂ ਜੀ ਕਹਿੰਦੇ, ਪਰ ਟੱਕਰ ਗਿਆ ਮੈਨੂੰ ਅਤੇ ਮੈਂ ਉਹਨੂੰ ਨਾਲ ਲੈ ਕੇ ਜਾਣਾ। ਇੰਨਾ ਪਿਆਰ ਉਸ ਬੰਦੇ ਨਾਲ, ਉਹ ਬਾਂਦਰ ਐਂ ਲੱਗਦਾ ਸੀ ਮੈਨੂੰ ਸ਼ਕਲ ਤੋਂ, ਐਂ ਲੱਗਦਾ ਸੀ ਹਿਊਜ ਬਾਂਦਰ, ਦੰਦ ਉਹਦੇ ਸਾਰਾ ਕੁਛ। ਉਹਨੂੰ ਦੇਖ ਕੇ ਲੱਗਦਾ ਯਾਰ ਕਿੱਡਾ ਖੂੰਖਾਰ ਜਾਨਵਰ ਮਹਾਰਾਜ ਨੇ ਰੱਖਿਆ। ਔਰ ਉਹ ਇਹਨਾਂ ਨਾਲ ਜਦ ਕਿਤੇ ਕੋਲ ਗਏ ਇੱਕ ਵਾਰੀ ਤਾਂ ਉਹ ਬਾਂਦਰ ਐਂ ਕਰਕੇ ਦੇ ਐਂ ਕਰਕੇ, ਮੇਰੀ ਅੱਖੀ ਵੇਖੀ ਗੱਲ ਹੈ, ਇੰਨੀ ਕੀ ਮੇਰੀ ਉਹਨਾਂ ਨਾਲ ਮੁਲਾਕਾਤ ਹੈ, ਇੰਨੀ ਕੀ ਮੈਂ ਜਾਣੂ। ਆਪਾਂ ਕਿਸੇ ਫਕੀਰ ਬਾਰੇ ਕਿਸੇ ਨੂੰ ਕਹਿਣ ਦੀ ਆਪਾਂ ਨੂੰ ਕੀ ਲੋੜ ਹੈ? ਤੁਸੀਂ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਸਾਰੇ ਧਰਮਾਂ ਨੂੰ ਨਮਸਕਾਰ ਹੈ, ਮੈਂ ਗੁਰੂਆਂ ਤੋਂ ਇਹ ਸਿੱਖਿਆ। ਔਰ ਹਰੇਕ ਦੀ ਆਪਾਂ ਨੂੰ ਪੂਜਾ ਕਰਨੀ ਚਾਹੀਦੀ ਹੈ, ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਸਾਡਾ ਕੰਮ ਹੈ ਨਹੀਂ। ਸਾਡੇ ਪਿੰਡ ਦੇ ਵਿੱਚ ਇੱਕ ਵਾਰੀ ਇੱਕ ਸਾਧ ਕੁੱਟਿਆ, ਉਹ ਬੜਾ ਡਾਢਾ ਜਿਹਾ ਬੰਦਾ, ਇਸ ਕਨੇਚ ਪਿੰਡ ਦੀ ਗੱਲ ਹੈ, ਅਤੇ ਬਜ਼ੁਰਗਾਂ ਨੇ ਛੁਡਾ ਲਿਆ ਅਤੇ ਉਹ ਕਹਿੰਦੇ ਆਹ ਕੰਮ ਨਹੀਂ ਕਰੀਦਾ ਹੁੰਦਾ, ਚੋਰ ਆ ਠੱਗ ਹੈ, ਤੇਰਾ ਕੰਮ ਨਹੀਂ ਹੈਗਾ ਵੀ ਐਂ ਨਹੀਂ ਸਾਧ ਨੂੰ ਕੁੱਟੀਦਾ ਨਹੀਂ ਹੁੰਦਾ। ਮੈਂ ਜੀ ਮੇਰੇ ਮੈਂ ਛੋਟਾ ਸੀ ਕਾਫੀ, ਮੇਰਾ 5 ਸਾਲ ਦੀ ਉਮਰ ਹੋਣੀ ਹੈ, ਮੈਂ ਦੇਖਿਆ ਜੀ ਉਸ ਬੰਦੇ ਨੂੰ ਕੋਹੜ ਪੈਂਦਾ ਜੀ, ਬੈਠੇ ਬੈਠੇ ਨੂੰ ਜੀ ਕੋਹੜ ਪਿਆ ਮਹਾਰਾਜ, ਔਰ ਸ਼ੇਰ ਸ਼ਾਹ ਸੂਰੀ ਦੀ ਖੂਹ ਦੇ ਕੋਲ ਮਰਿਆ ਪਿਆ। ਇਹ ਮੇਰੀ ਅੱਖੀ ਵੇਖੀ ਗੱਲ ਹੈ। ਸਾਧੂ ਸੰਤ ਜਿਹੜਾ ਇਹ ਲੰਕੇਸ਼ ਜੀ ਆਪਣਾ ਕੰਮ ਨਹੀਂ ਹੈ ਕਿ ਆਪਾਂ ਉਹਨੂੰ ਕੁਛ ਕਹੀਏ, ਆਪਾਂ ਨਮਸਕਾਰ ਕਰਕੇ ਚਲੇ ਜਾਈਏ। ਜਿਹੜਾ ਤੁਹਾਡਾ ਦੁਸ਼ਮਣ ਹੈ, ਤੁਸੀਂ ਤੁਹਾਨੂੰ ਬਹੁਤ ਮਾੜਾ ਕੀਤਾ, ਉਹਦਾ ਵੀ ਭਲਾ ਮਨਾਈਦਾ। ਇਹੀ ਰੱਬ ਪਾਉਣ ਦੇ ਤਰੀਕਾ ਜਿਹੜੀ ਤੁਸੀਂ ਆਪਣਾ। ਸੋ ਤੁਸੀਂ ਸੁਣਿਆ ਯੋਗਰਾਜ ਜੀ ਨੇ ਸਾਈ ਲਾਡੀ ਸ਼ਾਹ ਸਰਕਾਰ ਬਾਰੇ ਕੀ ਗੱਲਾਂ ਕੀਤੀਆਂ ਕਿ ਮੈਂ ਉਹਨਾਂ ਨੂੰ ਕਿਵੇਂ ਮਿਲਿਆ, ਕਿਹਦੇ ਥਰੂ ਮਿਲਿਆ, ਤੇ ਸਾਈ ਲਾਡੀ ਸ਼ਾਹ ਸਰਕਾਰ ਨੇ ਕਿਵੇਂ ਕਿਵੇਂ ਮੇਰੇ ਨਾਲ ਗੱਲਾਂ ਕੀਤੀਆਂ। ਤੇ ਮੈਨੂੰ ਪਤਾ ਸੀ ਕਿ ਬਹੁਤ ਵੱਡੇ ਫਕੀਰ ਨੇ ਉਹ, ਤੇ ਜਿਹੜਾ ਬੰਦਾ ਫਕੀਰਾਂ ਬਾਰੇ ਮਾੜਾ ਬੋਲ ਰਿਹਾ ਜਾਂ ਮਾੜੇ ਬੋਲਦੇ ਦੇਖੇ ਨੇ ਮੈਂ, ਕਹਿੰਦੇ ਉਹਨਾਂ ਦੇ ਮੈਂ ਬੈਠਿਆਂ ਬੈਠਿਆਂ ਕੋਲ ਪੈਂਦਾ ਵੀ ਦੇਖਿਆ ਆ। ਸੋ ਇਸ ਤੋਂ ਵੱਧ ਆਪਾਂ ਨੂੰ ਹੋਰ ਕੀ ਚਾਹੀਦਾ? ਇਹਨਾਂ ਮੂਹਰੇ ਬਾਕੀ ਆਰਟਿਸਟ ਜਿਹੜੇ ਮਾੜਾ ਬੋਲ ਰਹੇ ਨੇ ਉਹ ਕੁਛ ਵੀ ਨਹੀਂ, ਜਦ ਉਹਨਾਂ ਦੇ ਇੱਕ ਸੈਰ ਨੂੰ ਰੱਖ ਕੇ ਬਾਬੇ ਯੋਗਰਾਜ ਨੇ ਐਡੀ ਵੱਡੀ ਗੱਲ ਕਹਿਤੀ ਤਾਂ ਸਾਨੂੰ ਸਭ ਕੁਛ ਸ਼ੋਕੇ ਆ ਕਿ ਜਦੋਂ ਇਹ ਸਾਡੇ ਨਾਲ ਨੇ ਤਾਂ ਸਭ ਕੁਛ ਸਾਡੇ ਨਾਲ ਆ।
ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ, ਅਤੇ ਕਮੈਂਟਸ ਦੇ ਵਿੱਚ ਜਿਹੜੇ ਜਿਹੜੇ ਮੁਰੀਦ ਨੇ ਸਾਈਂ ਜੀ ਦੇ, ਜਿਹੜੇ ਜਿਹੜੇ ਆਸ਼ਕ ਨੇ, ਉਹ ਜ਼ਰੂਰ ਦੱਸਿਓ। ਜੈ ਸਾਈਂ ਜੀ ਦੀ।